ਉਧਰ ਦਿੱਲੀ ਐਮਸੀ ਦੀ ਚੋਣਾਂ ਵਿੱਚ ਨਤੀਜਿਆਂ ਤੇ ਪ੍ਰਤੀਕਿਰਿਆ ਦਿੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿੱਥੇ ਜੇਤੂ ਤੁਰ ਬੀਜੇਪੀ ਨੂੰ ਵਧਾਈ ਦਿੱਤੀ ਆ ਉੱਥੇ ਹੀ ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇਸ ਹਾਰ ਨੇ ਆਮ ਆਦਮੀ ਪਾਰਟੀ ਦੇ ਖਾਤਮੇ ਦੀ ਸ਼ੁਰੂਆਤ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਦਿੱਲੀ ਐਮਸੀ ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਈ ਹੈ ਔਰ ਇਹ ਜਿਹੜੀ ਜਿੱਤ ਹੈ ਇਹਨੇ ਸਾਬਤ ਵੀ ਕਰ ਦਿੱਤਾ ਹੈ ਕਿ 2019 ਦਾ ਜਿਹੜਾ ਦੇਸ਼ ਦੀ ਪਾਰਲੀਮੈਂਟ ਦਾ ਰਿਜ਼ਲਟ ਜਿਹੜਾ ਉਹ ਆਉਣ ਵਾਲਾ ਕੀ ਹੋਏਗਾ ਔਰ ਇਹਦੇ ਨਾਲ ਹੀ ਇਹਨਾਂ ਨੇ ਜਿਹੜੀ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਹੈ ਜਿਹੜੀ ਪਾਰਟੀ ਅੰਨਾ ਹਜ਼ਾਰੇ ਜੀ ਦਾ ਅੰਦੋਲਨ ਦਾ ਫਾਇਦਾ ਲੈ ਕੇ ਇੱਕਦਮ ਨੈਸ਼ਨਲ ਸੀਨ ਦੇ ਉੱਤੇ ਆਈ ਸੀ ਇਸ ਚੋਣ ਦੇ ਰਿਜ਼ਲਟ ਨੇ ਉਸ ਪਾਰਟੀ ਦੇ ਸਦਾ ਵਾਸਤੇ ਖਾਤਮੇ ਦਾ ਵੀ ਫੈਸਲਾ ਜਿਹੜਾ